ਹਾਏ ਹਾਏ, ਦੋ ਦਿਨ ਹੋ ਗਏ ਨੇ, ਕੋਈ ਗਾਹਕ ਨਹੀਂ ਆ ਰਿਹਾ, ਸਮਝ ਨਹੀਂ ਆ ਰਹੀ ਹੈ ਕਿਵੇਂ ਵਕਤ ਪਾਸ ਹੋਏਗਾ, ਭੁੱਖਾ ਆਏ, ਹੁਣ ਕਿੱਥੋਂ ਰੋਟੀ ਮਿਲੇਗੀ। ਯਾ ਅੱਲਾ, ਕੋਈ ਗਾਹਕ ਐਸਾ ਭੇਜ, ਮੇਰਾ ਮਹੀਨਾ ਪੂਰਾ ਕਢਾ ਦੇ ਮਾਲਕਾ, ਤੂੰ ਹੀ ਹੈ ਮਾਲਕਾ। ਅੱਲਾ ਖੈਰ ਕਰੇ, ਅੱਲਾ ਖੈਰ ਕਰੇ। ਕਿਹੜੇ ਮਹੱਲੇ 'ਚ ਘਰ ਲੈ ਲਿਆ ਹੈ, ਆਏ ਦਿਨ ਗਟਰ ਬੰਦ, ਆਏ ਦਿਨ ਗਟਰ ਬੰਦ, ਹੈਂ ਨਜ਼ਰ ਆਉਂਦਾ ਕੱਖ ਨਹੀਂ, ਇੱਧਰ ਵੇਖ ਹੋ ਰਹੇ ਕਿੱਧਰ ਖੂਹ 'ਚ ਵੜ ਚੱਲੇ ਹਾਂ ਅਸੀਂ, ਹੈਂ ਜੀ, ਕਿੱਥੋਂ ਲੱਭਣਾ ਮੈਨੂੰ ਚੂੜਾ ਜਿਹਨੇ ਮੈਨੂੰ ਇੱਥੇ ਗਟਰ ਖੋਲ੍ਹ ਕੇ ਦੇਣਾ। ਗੋਡੇ ਗੋਡੇ ਪਾਣੀ ਖਲੋ ਗਿਆ, ਕਿਹੜੇ ਮਹੱਲੇ 'ਚ ਘਰ ਲੈ ਲਿਆ, ਹੈਂ ਜੀ। ਅੱਬਾ ਜੀ ਨੂੰ ਹੋਰ ਜਗ੍ਹਾ 'ਚ ਕੋਈ ਨਹੀਂ ਲੱਭੀ, ਅਤੇ ਅੱਬਾ ਜੀ ਨੂੰ ਕੋਈ ਹੋਰ ਜਗ੍ਹਾ ਲੱਭ ਜਾਂਦੀ ਤਾਂ ਚਲੋ ਮੈਂ ਉੱਥੇ ਜੇ ਚੋਕਰੇ ਚ ਗੰਢ ਵੱਜ ਗਈ। ਨਹੀਂ ਨਹੀਂ ਜ਼ੋਰ ਕੀ ਜ਼ੋਰ ਪਾਣਾ, ਕਿੱਥੇ ਗਿਆ? ਮੈਂ ਫਿਰ ਮੈਨੂੰ ਫੜ, ਨਜ਼ਰ ਨੀ ਆਉਂਦਾ, ਕਿਉਂ ਨਿਕਲਦੇ ਘਰੋਂ ਬਾਹਰ? ਉਹ ਮੇਰਾ ਪੈਰ ਤੇ ਲੱਗਿਆ, ਉਹ ਮੈਨੂੰ ਪਤਾ ਹੀ ਨੀ ਲੱਗਾ। ਉਹ ਪਤਾ ਕਿੱਥੇ ਲੱਗਣਾ, ਤੁਹਾਨੂੰ ਨਜ਼ਰ ਹੀ ਨੀ ਆਉਂਦਾ ਸਾਹਿਬ? ਮੈਨੂੰ ਬਾਲਾ ਹੁਣ ਤੋੜ ਕੇ ਮੈਨੂੰ ਪਿੰਡੀ ਲੈ ਕੇ ਜਾਣਾ ਸੀ। ਥੜੀ ਤੇ ਬਹਿਣਾ ਤੁਸੀਂ, ਮੈਂ ਪਾਣੀ ਪਿਆਨਾ ਤੁਹਾਨੂੰ। ਇੱਥੇ ਕਿਹੜੀਆਂ ਥੜੀਆਂ ਆ ਗਈਆਂ? ਕੋਈ ਥੜੀਆਂ ਮੈਨੂੰ ਨਜ਼ਰ ਨਹੀਂ ਆਉਣ ਡਈਆਂ ਤੂੰ ਹੈ ਕਿਉਂ ਕਰੀ ਜਾਣੇ ਖੋਟਿਆ ਇਹ ਆ ਕੇ ਪਾਣੀ ਲਿਆ, ਪਾਣੀ ਲਿਆ, ਪਾਣੀ ਲਿਆ, ਪਾਣੀ ਲਿਆ, ਹਾਏ ਪਾਣੀ, 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 ਕਿੱਥੇ ਪਾਣੀ? ਛੱਟੇ ਨੀ ਆ ਰਹੇ ਜਾਣੇ, ਹਾਂ ਪਾਣੀ, ਮੈਨੂੰ ਪਿਆ ਪਾਣੀ ਕਿੱਥੇ? ਬਲਕਿ ਨੂੰ ਚੂਪ ਜਾਓ ਕਿਹੜਾ ਪਾਣੀ? ਉਹ ਮੈਂ ਤੈਨੂੰ ਇੰਨਾ ਇਹਨੇ ਦੰਦੀਆਂ ਵੜੀਆਂ ਨੇ, ਇਹਦੇ ਵਿੱਚ ਤਾਂ ਕਤਰਾ ਪਾਣੀ ਨਹੀਂ। ਤੁਸੀਂ ਇਹਦੇ ਨਾਲ ਵਧਾ ਕਰਦੇ, ਤੁਹਾਨੂੰ ਅੱਲਾ ਨੇ ਪੁੱਛਣਾ ਜੇ, ਨਹੀਂ ਤੁਹਾਨੂੰ ਅੱਲਾ ਨੇ ਪੁੱਛਣਾ, ਤੂੰ ਗੱਡੀ ਥੱਲੇ ਆਉਣਾ ਹੈ? ਨਹੀਂ ਅਫਸਰ, ਉਹ ਤੂੰ ਟਰੱਕ ਥੱਲੇ ਆਉਣਾ ਹੈ, ਉਹ ਵੀ ਭਰੇ ਸਰੀਏ ਦੇ ਥੱਲੇ? ਨਾ ਬਦਮੋ, ਭਰਾ ਸਰੀਏ ਦਾ ਟਰੱਕ ਹੋਣਾ ਤੇ ਤੈਨੂੰ ਚਪੇਤ ਹੋ ਜਾਣਾ ਹੀ ਥੱਲੇ। ਉਹ ਤੇਰੀ ਬਦਤਮੀਜ਼ੀ, ਤੈਨੂੰ ਆਵੇ ਹੋਇਆ, ਆਵੇ ਆਵੇ ਅੱਲਾ ਨੇ ਤੈਨੂੰ ਅੰਨਿਆਂ ਕਰਕੇ ਮਾਰਨਾ ਹੀ, ਤੇ ਤੈਨੂੰ ਪਤਾ ਨੀ ਅੰਨਿਆਂ ਹੋਣ ਦਾ ਜਿਹੜਾ ਹੈ ਕਿੰਨਾ ਕੁ ਦੁੱਖ। ਉਹ ਮੇਰੀਆਂ ਅੱਖਾਂ ਕੋਈ ਨੀ, ਮੈਨੂੰ ਮਾਹੌਲ ਕਰਦੇ ਹੋ, ਉਹ ਮੇਰੇ ਨਾਲ ਮਜ਼ਾਕ ਕਰਦੇ ਹੋ, ਉਹ ਮੇਰੇ ਨਾਲ ਢੇਕ ਟਾਲੀਆਂ ਕਰਦੇ ਹੋ। ਸਭ ਯਕੀਨ ਮੈਨੂੰ ਮਜ਼ਾਕ, ਉਹ ਮੈਂ ਤੈਨੂੰ ਪਾਣੀ ਮੰਗਾਇਆ ਤੇਰੇ ਕੋਲੋਂ, ਉਹ ਤੂੰ ਮੈਨੂੰ ਫੜ ਕੇ ਆਪਣੇ ਬੋਤਲ ਚ ਪਾ ਛੜੀਏ। ਉਹ ਤੇਰੇ ਮੇਰੇ ਬਹਿ ਜਾਣਾ, ਉਹ ਕਿਹਦਾ ਮੁੰਡਾ ਹੋ? ਉਹ ਕਿਹਦਾ ਮੁੰਡਾ ਹੈ? ਚੀਤੇ ਦਾ ਮੁੰਡਾ, ਚੀਤੇ ਦਾ ਮੁੰਡਾ, ਉਹਦੇ ਤੇ ਗਿਆ ਇੱਕ ਪਾਣੀ ਮੈਂ ਪਿਆ ਦਿੰਦਾ, ਥੋੜਾ ਜਿਹਾ ਦੂਰ ਜਾਣਾ ਪੈਣਾ ਸਾਹਿਬ। ਰਹਿਣ ਦੇ, ਪਾਣੀ ਮੈਂ ਪੀ ਲਾਂਗਾ ਹੁਣ ਘਰ ਜਾ ਕੇ। ਲੇਕਿਨ ਤੁਸੀਂ ਪਾਣੀ ਪੀਣਾ? ਪਾਣੀ ਮੈਂ ਪਿਆਨਾ, ਲੇਕਿਨ ਆਏ ਕਿਉਂ ਜੇ ਘਰੋਂ? ਓਏ ਆਇਆ ਮੈਂ ਕਿਉਂ ਆ, ਘਰ ਦੇ ਵਿੱਚ ਸਾਰਾ ਪਾਣੀ ਪਾਣੀ ਹੋਇਆ ਹੈ, ਉਹ ਸਾਡੇ ਘਰ ਦਾ ਗਟਰ ਬੰਦ ਹੋ ਗਿਆ ਹੈ, ਬਾਹਰੋਂ ਗਟਰ ਬੰਦ ਹੋ ਗਿਆ, ਪੂਰਾ ਬਾਥਰੂਮ ਅੰਦਰ ਭਰ ਗਿਆ ਹੈ, ਬਾਥਰੂਮ ਜਾ ਲੈ ਗਏ, ਚਾਰ ਇੱਟਾਂ ਰੱਖਣੀਆਂ ਪਈਆਂ ਨੇ। ਹਾਏ, ਪਾਣੀ ਪਾਣੀ ਹੋ ਗਿਆ ਘਰ ਦੇ ਵਿੱਚ, ਇੰਨਾ ਪਾਣੀ? ਉਹ ਮੇਰੀ ਗੱਲ ਸੁਣ, ਉਹ ਤਾਂ ਇੱਥੋਂ ਕੋਈ ਜਮਾਦਾਰ ਲੱਭ ਜਾਣਾ ਹੈ। ਜਮਾਦਾਰ? ਨਹੀਂ ਜਮਾਦਾਰ, ਤੂੰ ਤੇ ਹੈਰਾਨ ਹੋਇਆ, ਮੈਂ ਤੇਰੇ ਕੋਲ ਜ਼ਿਮੀਦਾਰ ਮੰਗ ਲਿਆ। ਉਹ ਜਮਾਦਾਰ ਅਜੇ ਗਟਰ ਕਰ ਦੇਣੇ, ਤੇ ਉਹ ਕੋ ਕੀ ਕਰਾਉਣਾ ਜਨਾਬ? ਉਹਦੇ ਕੋਲ ਕੀ ਕਰਾਉਣਾ? ਮੈਂ ਉਹਦੇ ਕੋਲ ਸੋਨੇ ਦਾ ਸੈੱਟ ਬਣਾਉਣਾ, ਕੀ ਕਰਾਉਣਾ? ਉਹ ਗਟਰ ਖਲਾਣਾ, ਤੈਨੂੰ ਦੱਸਿਆ ਤੇ ਪਾਣੀ ਪਾਣੀ ਹੋਇਆ ਘਰ ਦੇ ਵਿੱਚ, ਤੇ ਸਮਝੋ ਤੁਹਾਡਾ ਕੰਮ ਹੋ ਗਿਆ। ਕੰਮ ਹੋ ਗਿਆ? ਉਹ ਕਿਵੇਂ ਹੈ ਤੁਹਾਡੇ ਸਾਹਮਣੇ ਜਮਾਦਾਰ? ਜਮਾਦਾਰ? ਆਹੋ, ਜਮਾਦਾਰ ਹੈ ਜਨਾਬ। ਉਹ ਮੈਂ ਤੇਰਾ ਜੂਠਾ ਪਾਣੀ ਪੀਂਦਾ ਰਿਹਾ, ਤੂੰ ਜਮਾਦਾਰ ਨਿਕਲਿਆ? ਓਹੋ ਜਨਾਬ, ਮਜ਼ਦੂਰੀ ਕਰਨੀ ਹੈ, ਪੈਸੇ ਲਿਆਓ, ਤੁਹਾਡਾ ਕੰਮ ਹੋ ਜਾਂਦਾ। ਨਹੀਂ ਬਾਈ, ਮੈਂ ਅੰਨਾ ਜ਼ਰੂਰ ਹਾਂ,
ਪਰ ਬੇਵਕੂਫ ਨਹੀਂ, ਤੂੰ ਜਮਾਦਾਰ ਨਹੀਂ ਕਾਕਾ। ਉਹ ਜਨਾਬ ਜਮਾਦਾਰ ਹੈ ਯਾਰ, ਹੋਰ ਕਿਸੇ ਨੂੰ ਧਿਆਪ ਸਾਹਿਬ ਪੈਸੇ ਦੇਣੇ ਨਾ ਤੁਸੀਂ, ਆਹੋ ਤੇ ਮੈਨੂੰ ਦੇ ਦੋ, ਮੈਂ ਥੋੜੇ ਲਵਾਂਗਾ ਪੈਸੇ। ਤੂੰ ਜਮਾਦਾਰ ਹੈ ਹੀ ਨਹੀਂ। ਉਹ ਮੈਂ ਜਮਾਦਾਰ ਹਾਂ ਜਨਾਬ, ਨੇੜੇ ਹੋ। ਹੈਲੋ, ਨਹੀਂ ਤੂੰ ਜਮਾਦਾਰ ਨਹੀਂ ਹੋ ਸਕਦਾ। ਤੁਹਾਨੂੰ ਜਮਾਦਾਰ ਤੇ ਦੂਜੀ ਗਲੀ ਚ ਹੋਵੇ ਤੇ ਮੈਂ ਸੁਣ ਕੇ ਦੱਸ ਦੇਣਾ ਕਿ ਜਮਾਦਾਰ ਮੇਰੇ ਘਰ ਵੱਲ ਨੂੰ ਆਉਣ ਡਏ ਆ। ਉਹ ਜਿੰਨਾ ਸਾਡਾ ਗਟਰ ਬੰਦ ਹੁੰਦਾ ਹੈ, ਮੇਰੇ ਤੇ ਚਾਰ ਭਰਾ ਆਪ ਜਮਾਦਾਰ ਹੋ ਗਏ ਨੇ। ਲੇਕਿਨ ਆਪ ਸਭ ਤੁਹਾਨੂੰ ਨਜ਼ਰ ਨਹੀਂ ਆਉਂਦਾ ਮੈਂ ਜਮਾਦਾਰੀ ਆ। ਉਹ ਮੈਨੂੰ ਸਾਰਾ ਨਜ਼ਰ ਆਉਂਦਾ ਏ, ਮੈਂ ਦਿਲ ਦੀਆਂ ਨਜ਼ਰਾਂ ਨਾਲ ਵੇਖਣਾ ਵਾ, ਤੂੰ ਜਮਾਦਾਰ ਨਹੀਂ। ਤੁਹਾਨੂੰ ਹੁਣ ਕਿਵੇਂ ਸਮਝਾਵਾਂ? ਚਲੋ ਠੀਕ ਹੈ, ਤੁਸੀਂ ਕਿਸੇ ਹੋਰ ਕੋ ਕੰਮ ਕਰਾ ਲਓ। ਹੋਰ ਕੋ ਕੰਮ ਕਰਾ ਲਓ? ਅੱਛਾ ਮੇਰੀ ਗੱਲ ਸੁਣ, ਹਾਂ ਤੇ ਗਟਰ ਖੋਲਣ ਦੇ ਕਿੰਨੇ ਪੈਸੇ ਲਏਗਾ? ਪੱਕਾ ਰੇਟ 500 ਰੁਪਿਆ। 500 ਰੁਪਿਆ ਗਟਰ ਖੋਲਣ ਦਾ? ਆ ਮੈਂ ਜਿੱਥੋਂ ਮੈਨੂੰ ਚੁੱਕ ਕੇ ਲਿਆਇਆ ਨਾ, ਮੈਨੂੰ ਉੱਥੇ ਛੱਡਿਆ ਮੈਨੂੰ ਉੱਥੇ। ਨਹੀਂ ਨਹੀਂ, ਗੁੱਸਾ, ਮੈਂ ਇੱਕ ਵਾਰੀ ਫੇਰ ਡੇਕ ਕੇ ਘਰ ਟੁਰ ਜਾਣਾ। ਉਹ ਗੁੱਸਾ ਕਰ ਗਏ, 400 ਦੇ ਦੇਣਾ ਤੁਸੀਂ। 400 ਦੇ ਦੇਣਾ ਤੂੰ ਇੱਥੇ 400 ਰੁਪਿਆ? ਮੈਂ ਤੇਰੇ ਕੋਲ ਪੈਂਟ ਲੈਣ ਦੇ 400 ਰੁਪਿਆ ਜੀ? ਤੈਨੂੰ ਕਿਆ ਗਟਰ ਖੋਲ ਦੇ, ਦੋ ਡਾਂਗਾ ਵਜਣੀਆਂ, ਡੱਕਾ ਬਾਹਰ ਆ ਜਾਣਾ। ਤੇ ਜਨਾਬ ਮੈਂ 100 ਰੁਪਿਆ ਕਢਾਤਾ ਆਪ ਸਾਹਿਬ। 100 ਰੁਪਿਆ ਕਢਾਤਾ? ਗੱਲ ਸੁਣ ਮੇਰੀ, ਤੂੰ ਅੱਜ ਕਰ, ਰੁਪਈਆ 150 ਲੈ ਲਈ ਮੇਰੇ ਕੋਲ। ਕਿਹੋ ਜਿਹੀਆਂ ਗੱਲਾਂ ਕਰਨ ਦੇ ਆਪ ਸਾਹਿਬ? ਮਹਿੰਗਾਈ ਕਿੱਥੇ ਚੱਲ ਗਈ ਹੈ, ਤੁਸੀਂ 150 ਜੀ ਪਤੇ ਜੀ। ਮਹਿੰਗਾਈ ਚਲੀ ਗਈ ਹੈ, ਮੈਂ ਤੈਨੂੰ ਉੱਥੇ ਘਿਓ ਲੈ ਕੇ ਦੇਣਾ, ਮਹਿੰਗਾਈ ਚਲੀ ਗਈ ਹੈ। ਚੱਲ ਫਿਰ ਅੱਜ ਕਰ, ਜਿਹੜਾ ਪਾਣੀ ਉੱਥੋਂ ਨਿਕਲ ਲੈਣਾ ਉਹ ਵੀ ਘਰ ਲੈ ਆਵੀਂ। ਉਹ ਲੈ ਆਵੀਂ? ਉਹ ਮੈਂ ਉਹ ਪਾਣੀ ਨੂੰ ਕੀ ਕਰਨਾ? ਉਹ ਘਰ ਲੈ ਜੀ, ਬੱਚਿਆਂ ਲਈ ਸੁਗਾਤ ਹੀ ਹੁੰਦੀ। ਇਹ ਮੁਲਤਾਨ ਨੂੰ ਸੌਂ ਫਲਮਾਨ ਆ ਜਿਹੜੀ ਸੁਗਾਤ ਹੁੰਦੀ। ਸੌਣ ਹਲਵੇ ਤੈਨੂੰ ਬੜਾ ਯਾਦ ਨੇ ਹੈਂ? ਉਹ ਜ਼ਾਤ ਦਾ ਜਮਾਦਾਰ ਹੈ ਤੇ ਸੌਣ ਹਲਵੇ ਨੂੰ ਜੱਫੇ ਸੱਤ ਮਾਰਦੇ ਨੀ ਉੱਥੇ। ਖੋਲਣਾ ਕਿ ਨਹੀਂ? ਖੋਲ ਦੇਣਾ ਜਨਾਬ। ਲੇਕਿਨ ਮੇਰੇ ਗੁੱਸੇ ਨੂੰ ਜਾਣਦਾ ਨਹੀਂ? ਮੈਂ ਤੈਨੂੰ ਦੱਸ ਦਿਆਂ ਕੀ ਤੂੰ ਮੈਨੂੰ ਜਾਣਦਾ ਨਹੀਂ, ਸਮਝ ਆਈ ਆ? ਮੈਂ ਤੇਰੇ ਨਾ ਆ ਜਿਹੜਾ ਮੋਹਰਾਂ ਤੇ ਮਾਰਦੇ ਨੇ 300 ਰੁਪਿਆ ਦੇਣਾ, 400 ਨਾ ਦੇਣਾ। ਰੁਪਈਆ 150 ਦੇਣਾ ਈ ਜਿਵੇਂ ਤੁਸੀਂ ਕਹਿ ਰਹੇ, 150 ਹੀ ਦੇ ਦੇਣਾ। ਚਲੋ ਖੋਲੀਏ ਗੱਡਰ, ਮੇਰੇ ਨਾਲ